ਸਤਿ ਸ਼੍ਰੀ ਅਕਾਲ, ਆਵਾਜ਼ ਕੌਮ ਟੀਵੀ ਦੇਖ ਰਹੇ ਤੁਸੀਂ। ਜਿਵੇਂ ਕਿ ਤੁਸੀਂ ਦੇਖਿਆ, ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੁਆਰਾ ਦੇਵੀਦਾਸਪੁਰਾ ਰੇਲਵੇ ਲਾਈਨ ਉੱਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਅਤੇ ਉਸ ਤੋਂ ਬਾਅਦ ਹੁਣ ਯੂਨੀਅਨ ਦੁਆਰਾ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਦਾ ਤਰੀਕਾ ਬਦਲ ਲਿਆ ਗਿਆ, ਅਤੇ ਅੱਜ ਫਤਿਹਗੜ੍ਹ ਚੂਨੀਆ ਅੰਮ੍ਰਿਤਸਰ ਰੋਡ 'ਤੇ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੀ ਕਿਹਾ, ਆਓ ਦੇਖਦੇ ਹਾਂ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅਸੀਂ ਮਜੀਠੇ ਦੇ ਨੇੜੇ ਆ ਪਿੰਡ ਹਮਜਾ ਮੋੜ 'ਤੇ ਜਿਹੜੀ ਅੰਮ੍ਰਿਤਸਰ ਅਤੇ ਫਤਿਹਗੜ੍ਹ ਚੂੜੀਆਂ ਰੋਡ ਜਾਂਦੀ ਆ ਉਹਦਾ ਚੌਂਕ ਜਾਮ ਕਰਕੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਸੀ। ਰੋਸ ਮਾਰਚ ਕਰਕੇ ਇਹ ਅਰਥੀ ਫੂਕੀ ਆ, ਆਪਣੇ ਰੋਸ ਮਾਰਚ ਨੂੰ ਹੋਰ ਰੋਸ ਨੂੰ ਤੇਜ਼ ਕੀਤਾ ਸੰਘਰਸ਼ ਨੂੰ। ਇਹਦੇ ਨਾਲ ਨਾਲ ਜਿਹੜਾ ਵਿਧਾਨ ਸਭਾ ਵਿੱਚ ਇਜਲਾਸ ਆ ਰਿਹਾ ਵਾ, ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਉਹ ਅਖਲਾਕੀ ਤੌਰ 'ਤੇ ਪੰਜਾਬੀਆਂ ਦੀ ਜਿੱਤ ਹੋਊਗੀ, ਪਰ ਇਹ ਕੋਈ ਕਾਨੂੰਨਾਂ ਨੂੰ ਰੱਦ ਕਰਾਉਣ ਵਾਲੀ ਮਸਲਾ ਹੱਲ ਹੋ ਜੂਗਾ, ਇਹ 'ਚ ਭਰਮ 'ਚ ਨਾ ਆਇਓ। 2004 ਦੇ ਵਿੱਚ ਵੀ ਪਾਣੀਆਂ ਦਾ ਰਾਖਾ ਖਵਾ ਕੇ ਪਰ ਉਹ ਕਾਨੂੰਨ ਸੁਪਰੀਮ ਕੋਰਟ 'ਚ ਜਾ ਕੇ ਫੇਲ ਹੋ ਗਿਆ ਸੀਗਾ। ਇਸ ਕਿਸਮ ਦਾ ਪ੍ਰਚਾਰ ਮਾਧਿਅਮਾਂ 'ਚ ਪ੍ਰਚਾਰ ਆ ਸਕਦਾ ਵਾ, ਇਹ ਸੁਪਰੀਮ ਕੋਰਟ ਨੇ ਅੰਤਿਮ ਫੈਸਲਾ ਕਰਨਾ ਵਾ, ਪਰ ਮਸਲੇ ਦਾ ਹੱਲ, ਪੰਜਾਬ ਦੇ ਲੋਕਾਂ ਦਾ ਸੰਘਰਸ਼ ਆ, ਲੋਕਾਂ ਦੇ ਸੰਘਰਸ਼ਾਂ ਦੇ ਥਰੂ ਇਹ ਕਾਨੂੰਨ ਰੱਦ ਕਰਾਵਾਂਗੇ। ਇਹ ਤੋਂ ਗਾਹਾਂ ਜਿਹੜਾ ਪੰਜਾਬ ਦੇ ਸਿਆਸੀ ਪਾਰਟੀਆਂ ਦਾ ਏਕਾ ਸਾਹਮਣੇ ਜਾਣਾ ਸੀ ਕੇਂਦਰ ਦੇ ਖਿਲਾਫ਼, ਪਰ ਜੋ ਕੱਲ੍ਹ ਹੋਇਆ ਉਹ ਕੇਂਦਰ 'ਤੇ ਦਬਾਅ ਪਾਉਣ ਦੇ ਵਿੱਚ ਨਾਕਾਮਯਾਬ ਰਹੀ ਆ। ਜਿਹੜਾ ਗੋਪਨੀਆ ਦਸਤਾਵੇਜ਼ ਬਣਾ ਕੇ ਕੈਪਟਨ ਸਰਕਾਰ ਨੇ ਰੱਖਿਆ ਹੈ, ਇਹ ਠੀਕ ਨਹੀਂ ਲੱਗਦਾ। ਇਹ ਪੰਜਾਬ ਦੇ ਲੋਕਾਂ ਦਾ ਜਮਹੂਰੀ ਹੱਕ ਆ ਵੀ ਕਿਹੜਾ ਕਾਨੂੰਨ ਆ ਰਿਹਾ ਵਾ ਉਹਦਾ ਖਲੜਾ ਸਾਨੂੰ ਦਿੱਤਾ ਜਾਵੇ। ਇਹਦੇ ਨਾਲ ਨਾਲ ਅੱਜ ਅਸੀਂ ਪਹਿਲਾਂ ਇੱਥੇ ਫੂਕ ਰਹੇ ਹਾਂ ਅਰਥੀ ਫੂਕ ਮੁਜ਼ਾਹਰਾ, ਫਿਰ ਅਸੀਂ ਅਟਾਰੀ ਅਤੇ ਚੁਗਾਵੇਂ ਵਿੱਚ ਵੀ ਕਰ ਰਹੇ ਹਾਂ, ਅਤੇ 23 ਤਰੀਕ ਨੂੰ ਜਿਹੜਾ ਮਤਾਵਾਂ ਭੈਣਾਂ ਦਾ ਵੱਡਾ ਅਤੇ ਵਿਸ਼ਾਲ ਇਕੱਠ ਆ ਉਹਦੀ ਤਿਆਰੀ ਕਰ ਰਹੇ ਹਾਂ। ਸਰਕਾਰ ਨੂੰ ਹਿਲਾ ਕੇ ਰੱਖ ਦਾਂਗੇ, ਕੇਸਰੀ ਚੁੰਨੀਆਂ ਲੈ ਕੇ। ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਮਤਾਵਾਂ ਭੈਣਾਂ ਨੂੰ ਰਣਜੀਤ ਐਵਿਊ ਅੰਮ੍ਰਿਤਸਰ ਭੇਜਣ, ਅਤੇ ਇਹ ਸੰਘਰਸ਼ ਜਿੱਤਣ ਤੱਕ ਸਾਡਾ ਰੇਲ ਰੋਕੋ ਜਾਰੀ ਰਹੇਗਾ। ਅੱਜ ਦੇਵੀਦਾਸਪੁਰਾ ਅਤੇ ਬਸਤੀ ਟੈਂਕਾਂ ਵਾਲੀ ਸਾਡਾ ਰੇਲ ਰੋਕੋ ਅੰਦੋਲਨ 27ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਵਾ, ਅਤੇ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਵਾਜ਼ ਕੌਮ ਟੀਵੀ ਦੇਖ ਰਹੇ ਤੁਸੀਂ। ਜਿਵੇਂ ਕਿ ਤੁਸੀਂ ਦੇਖਿਆ, ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੁਆਰਾ ਦੇਵੀਦਾਸਪੁਰਾ ਰੇਲਵੇ ਲਾਈਨ ਉੱਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਅਤੇ ਉਸ ਤੋਂ ਬਾਅਦ ਹੁਣ ਯੂਨੀਅਨ ਦੁਆਰਾ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਦਾ ਤਰੀਕਾ ਬਦਲ ਲਿਆ ਗਿਆ, ਅਤੇ ਅੱਜ ਫਤਿਹਗੜ੍ਹ ਚੂਨੀਆ ਅੰਮ੍ਰਿਤਸਰ ਰੋਡ 'ਤੇ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੀ ਕਿਹਾ, ਆਓ ਦੇਖਦੇ ਹਾਂ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅਸੀਂ ਮਜੀਠੇ ਦੇ ਨੇੜੇ ਆ ਪਿੰਡ ਹਮਜਾ ਮੋੜ 'ਤੇ ਜਿਹੜੀ ਅੰਮ੍ਰਿਤਸਰ ਅਤੇ ਫਤਿਹਗੜ੍ਹ ਚੂੜੀਆਂ ਰੋਡ ਜਾਂਦੀ ਆ ਉਹਦਾ ਚੌਂਕ ਜਾਮ ਕਰਕੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰ ਰਹੇ ਸੀ। ਰੋਸ ਮਾਰਚ ਕਰਕੇ ਇਹ ਅਰਥੀ ਫੂਕੀ ਆ, ਆਪਣੇ ਰੋਸ ਮਾਰਚ ਨੂੰ ਹੋਰ ਰੋਸ ਨੂੰ ਤੇਜ਼ ਕੀਤਾ ਸੰਘਰਸ਼ ਨੂੰ। ਇਹਦੇ ਨਾਲ ਨਾਲ ਜਿਹੜਾ ਵਿਧਾਨ ਸਭਾ ਵਿੱਚ ਇਜਲਾਸ ਆ ਰਿਹਾ ਵਾ, ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਉਹ ਅਖਲਾਕੀ ਤੌਰ 'ਤੇ ਪੰਜਾਬੀਆਂ ਦੀ ਜਿੱਤ ਹੋਊਗੀ, ਪਰ ਇਹ ਕੋਈ ਕਾਨੂੰਨਾਂ ਨੂੰ ਰੱਦ ਕਰਾਉਣ ਵਾਲੀ ਮਸਲਾ ਹੱਲ ਹੋ ਜੂਗਾ, ਇਹ 'ਚ ਭਰਮ 'ਚ ਨਾ ਆਇਓ। 2004 ਦੇ ਵਿੱਚ ਵੀ ਪਾਣੀਆਂ ਦਾ ਰਾਖਾ ਖਵਾ ਕੇ ਪਰ ਉਹ ਕਾਨੂੰਨ ਸੁਪਰੀਮ ਕੋਰਟ 'ਚ ਜਾ ਕੇ ਫੇਲ ਹੋ ਗਿਆ ਸੀਗਾ। ਇਸ ਕਿਸਮ ਦਾ ਪ੍ਰਚਾਰ ਮਾਧਿਅਮਾਂ 'ਚ ਪ੍ਰਚਾਰ ਆ ਸਕਦਾ ਵਾ, ਇਹ ਸੁਪਰੀਮ ਕੋਰਟ ਨੇ ਅੰਤਿਮ ਫੈਸਲਾ ਕਰਨਾ ਵਾ, ਪਰ ਮਸਲੇ ਦਾ ਹੱਲ, ਪੰਜਾਬ ਦੇ ਲੋਕਾਂ ਦਾ ਸੰਘਰਸ਼ ਆ, ਲੋਕਾਂ ਦੇ ਸੰਘਰਸ਼ਾਂ ਦੇ ਥਰੂ ਇਹ ਕਾਨੂੰਨ ਰੱਦ ਕਰਾਵਾਂਗੇ। ਇਹ ਤੋਂ ਗਾਹਾਂ ਜਿਹੜਾ ਪੰਜਾਬ ਦੇ ਸਿਆਸੀ ਪਾਰਟੀਆਂ ਦਾ ਏਕਾ ਸਾਹਮਣੇ ਜਾਣਾ ਸੀ ਕੇਂਦਰ ਦੇ ਖਿਲਾਫ਼, ਪਰ ਜੋ ਕੱਲ੍ਹ ਹੋਇਆ ਉਹ ਕੇਂਦਰ 'ਤੇ ਦਬਾਅ ਪਾਉਣ ਦੇ ਵਿੱਚ ਨਾਕਾਮਯਾਬ ਰਹੀ ਆ। ਜਿਹੜਾ ਗੋਪਨੀਆ ਦਸਤਾਵੇਜ਼ ਬਣਾ ਕੇ ਕੈਪਟਨ ਸਰਕਾਰ ਨੇ ਰੱਖਿਆ ਹੈ, ਇਹ ਠੀਕ ਨਹੀਂ ਲੱਗਦਾ। ਇਹ ਪੰਜਾਬ ਦੇ ਲੋਕਾਂ ਦਾ ਜਮਹੂਰੀ ਹੱਕ ਆ ਵੀ ਕਿਹੜਾ ਕਾਨੂੰਨ ਆ ਰਿਹਾ ਵਾ ਉਹਦਾ ਖਲੜਾ ਸਾਨੂੰ ਦਿੱਤਾ ਜਾਵੇ। ਇਹਦੇ ਨਾਲ ਨਾਲ ਅੱਜ ਅਸੀਂ ਪਹਿਲਾਂ ਇੱਥੇ ਫੂਕ ਰਹੇ ਹਾਂ ਅਰਥੀ ਫੂਕ ਮੁਜ਼ਾਹਰਾ, ਫਿਰ ਅਸੀਂ ਅਟਾਰੀ ਅਤੇ ਚੁਗਾਵੇਂ ਵਿੱਚ ਵੀ ਕਰ ਰਹੇ ਹਾਂ, ਅਤੇ 23 ਤਰੀਕ ਨੂੰ ਜਿਹੜਾ ਮਤਾਵਾਂ ਭੈਣਾਂ ਦਾ ਵੱਡਾ ਅਤੇ ਵਿਸ਼ਾਲ ਇਕੱਠ ਆ ਉਹਦੀ ਤਿਆਰੀ ਕਰ ਰਹੇ ਹਾਂ। ਸਰਕਾਰ ਨੂੰ ਹਿਲਾ ਕੇ ਰੱਖ ਦਾਂਗੇ, ਕੇਸਰੀ ਚੁੰਨੀਆਂ ਲੈ ਕੇ। ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਮਤਾਵਾਂ ਭੈਣਾਂ ਨੂੰ ਰਣਜੀਤ ਐਵਿਊ ਅੰਮ੍ਰਿਤਸਰ ਭੇਜਣ, ਅਤੇ ਇਹ ਸੰਘਰਸ਼ ਜਿੱਤਣ ਤੱਕ ਸਾਡਾ ਰੇਲ ਰੋਕੋ ਜਾਰੀ ਰਹੇਗਾ। ਅੱਜ ਦੇਵੀਦਾਸਪੁਰਾ ਅਤੇ ਬਸਤੀ ਟੈਂਕਾਂ ਵਾਲੀ ਸਾਡਾ ਰੇਲ ਰੋਕੋ ਅੰਦੋਲਨ 27ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਵਾ, ਅਤੇ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।